ਮੈਂ ਤਾਂ ਸੋਚ ਰਿਹਾ ਸੀ ਤੁਸੀਂ ਬਈ ਆਂਦੇ ਹੀ ਇੱਥੇ ਪੋਡਕਾਸਟ ਤੇ ਕਾਂਗਰਸ ਦੇ ਗੁਣ ਗਾਉਂਗੇ ਪਰ ਤੁਸੀਂ ਤਾਂ ਬੜੀ ਨਿਊਟਰਲ ਗੱਲਾਂ ਕਰ ਰਹੇ ਨਹੀਂ ਨਹੀਂ ਬਈ ਕਾਂਗਰਸ ਦੀ ਕਿਹ ਪਾਰਟੀਆਂ ਮੈਂ ਫੇਰ ਉਹੀ ਦੱਸਿਆ ਲੋਕ ਮੈਂ ਹੁਣ ਜੇ ਮੰਨ ਲਓ ਬੀਜੇਪੀ ਚ ਹੁੰਦਾ ਮੈਂ ਸਾ ਮਾਂ ਦੇ ਜੈ ਸ਼੍ਰੀ ਰਾਮ ਕਰ ਦੇਣਾ ਸੀ ਆਂਦੇ ਹੀ ਮੈਂ ਆਪਣਾ ਬੀਜੇਪੀ ਦਾ ਬੀਜੇਪੀ ਨੂੰ ਜੈ ਸ਼੍ਰੀ ਰਾਮ ਨਾਲ ਕੋਈ ਜੁੜਿਆ ਜਾਂਦਾ ਬੀਜਪੀ ਪਤ ਕਰਦੇ ਹੁਣ ਅਸੀਂ ਹਾਊਸ ਦੇ ਵਿੱਚ ਸੀਗੇ ਹਾਊਸ ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ ਪਰਸੋਂ ਜੋ ਉੱਥੇ ਬੜਾ ਤੱਕਾ ਹੋਇਆ ਪੂਰੇ ਇੰਡੀਆ ਦੇ ਵਿੱਚ ਚੱਲ ਰਹੀਆ ਗੱਲ ਉੱਥੇ ਕੀ ਹੈ ਜੈ ਸ਼੍ਰੀ ਰਾਮ ਮੈਂ ਕਹ ਵੀਸਫੜੇ ਬੋਲਦੇ ਆਂ ਅਸੀਂ ਸਾਰੇ ਬੋਲਦੇ ਆਂ ਭਾਰਤ ਮਾਤਾ ਕੀ ਜੈ ਇਤਨੀ ਗਲਤੀ ਨਹੀਂ ਕੋਈ ਬਿਲਕੁਲ ਭਾਰਤ ਮਾਤਾ ਕਿ ਮੈਂ ਮੁਸਲਮਾਨ ਹੁੰਦਾ ਤਾਂ ਵੀ ਬੋਲ ਲੈਂਦਾ ਕੋਈ ਚੱਕਰ ਨਹੀਂ ਹੈ ਮੰਦਰ ਵੀ ਜਾਂਦੇ ਆਂ ਅਸੀਂ ਗੁਰਦੁਆਰੇ ਵੀ ਜਾਂਦੇ ਆਂ ਮਸਜਿਦ ਵੀ ਜਾਂਦੇ ਆਂ ਗਿਰਜਾ ਘਰ ਵੀ ਜਾਂਦੇ ਆਂ ਸੇਮ ਬਾਈ ਸ਼ਿਮਲਾ ਜਾਂਦੇ ਆਂ ਜਦੋਂ ਆਪਾਂ ਦੇਖਦੇ ਰਿਜਤੇ ਜਾਂਦੇ ਆਂ ਨਾ ਚਰਚ ਜਾਂਦੇ ਆਂ ਕਿ ਨਹੀਂ ਉੱਥੇ ਸੋਚਦੇ ਨਾ ਇਹ ਤਾਂ ਬਹੁਤ ਮੈਂ ਕਹਿੰਨਾ ਧਰਮ ਤੇ ਜਾਤ ਦੀ ਗੱਲ ਹੀ ਜਿਹਦਾ ਦਿਮਾਗ ਛੋਟਾ ਹੈ ਉਹ ਇਨਸਾਨ ਕਰਦਾ ਕਿਉਂਕਿ ਭਾਈ ਮੈਨੂੰ ਲੱਗਦਾ ਹੈ ਇੰਡੀਆ ਦੇ ਵਿੱਚ ਜਿਆਦਾ ਜਿਹੜਾ ਵੋਲਿਊਮ ਹੈ ਧਰਮ ਦਾ ਉਹ ਸ਼ਾਇਦ ਹੁਣ ਪਿੱਛੇ ਜਿਹੜਾ ਮੁੱਦਾ ਚੱਲਿਆ ਆ ਰਾਮ ਮੰਦਿਰ ਦਾ ਨਾ ਇਹਦੇ ਤੇ ਵੀ ਮੈਂ ਖੁਦ ਹਿੰਦੂ ਆ ਸਨਾਤਨੀਆਂ ਮੈਂ ਖੁਦ ਕਹਿਣਾ ਜੈ ਸ਼੍ਰੀ ਰਾਮ ਮੰਦਿਰ ਬਣਨਾ ਚਾਹੀਦਾ ਸੀ ਪਰ ਜੇ ਮੇਰੇ ਵਰਗਾ ਸਵਾਲ ਰੱਖ ਲਵੇ ਨਾਲ ਕੀ ਇਹਦੇ ਹਸਪੀਟਲ ਵੀ ਬਣਨਾ ਚਾਹੀਦਾ ਸੀ ਸਾਨੂੰ ਵੀ ਗਲਦੀ ਅੱਖ ਨਾਲ ਦੇਖਣ ਲੱਗ ਜਾਂਦੇ ਨੇ